ਪਰ ਗਾਲ ਨਹੀਂ ਕੱਢਣੀ ਕਿਉਂਕਿ ਹੁਣ ਆਪਾਂ ਲਾਈਵ ਹੋ ਗਏ ਅਸੀਂ ਗਾਲ ਦੀ ਸਾਰੇ ਜਾਣੇ ਨੂੰ ਇੱਕ ਮਿੰਟ ਜੀ ਇੱਧਰ ਆਸਟ੍ਰੇਲੀਆ ਕਹਿੰਦੇ ਮਗਰਲੀ ਸੀਟ 'ਤੇ ਲਾਉਣਾ ਪੈਂਦਾ ਹੁੰਦਾ ਬੈਲਟ ਲਾਉਣੀ ਪੈਂਦੀ ਹੈ ਕਿਉਂਕਿ ਚਲਾਣ ਹੋ ਜਾਂਦਾ ਵੇਖ ਕੇ ਪੁਲਿਸ ਚੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨਹੀਂ ਪਲਟੀ ਮਿਸ ਕਾਲਾਂ ਜੋਗੇ ਫੋਨ ਵਿੱਚ ਹੁੰਦੇ ਨੋਟਿਆ ਸਭ ਤੋਂ ਪਹਿਲਾਂ ਬੰਦਾ ਪਤਾ ਕੌਣ ਆ ਲਾਈਵ ਦੇਖਣ ਮੰਮੀ ਦੇਖ ਰਹੇ ਨੇ ਪੈਰੀ ਪੈਣਾ ਮੰਮੀ ਵਧੀਆ ਹੋ ਗਿਆ ਜੀ ਲਾਈਵ ਮਾਤਾ ਹਾਂ ਦੂਜਾ ਬੰਦਾ ਆਪਣਾ ਕੈਨੇਡਾ ਵਾਲਾ ਬਰਾੜ ਤੀਜਾ ਸਾਡਾ ਜੱਸੀ ਚਹਿਲ ਅਤੇ ਜਿਹੜੇ ਬੰਦੇ ਲਾਈਵ ਦੇਖਦੇ ਨੇ ਮੇਰਾ ਯਾਰ ਜਿਹਨਾਂ ਨਾਲ ਮੈਂ ਪਹਿਲਾਂ ਕੰਟੈਕਟ 'ਚ ਹੁੰਦਾ ਆਪਾਂ ਖੜੇ ਕਾਹਤੋਂ ਹਾਂ ਬਈ ਅੱਛਾ ਅਤੇ ਇਹ ਮੈਂ ਗੱਲ ਹਮੇਸ਼ਾ ਦੱਸਦਾ ਹੁੰਦਾ ਕਿ ਆਪਣੇ ਮੇਰੇ ਦੋ ਭਰਾ ਨੇ ਇੱਕ ਮੇਰਾ ਆਸਟ੍ਰੇਲੀਆ ਵਾਲਾ ਇੱਕ ਆਸਟ੍ਰੇਲੀਆ ਵਾਲਾ ਬਰਾੜ ਆੜੀ ਆ ਅਤੇ ਇੱਕ ਹੈ ਕੈਨੇਡੇ ਵਾਲਾ ਬਰਾੜ ਦੋਨੋਂ ਹੀ ਕੋਟ ਦੇ ਨੇ ਮੈਲਬਨ ਵਾਲਾ ਆੜੀ ਬਰਾੜ ਹੈਲੋ ਕਹਿ ਦੇ ਫਿਰ ਸਾਰੇ ਹੈਲੋ ਜੀ ਸਤਿ ਸ਼੍ਰੀ ਅਕਾਲ ਜਿੰਦ ਜਾਣ ਮੇਰਾ ਭਰਾ ਹੈਰੀ ਮੇਰਾ 12 ਕੁ ਸਾਲ ਪੁਰਾਣਾ ਯਾਰ ਹੈ 12-13 ਸਾਲ ਪੁਰਾਣਾ ਨਾਲ ਸਾਡੇ ਛੋਟੇ ਵਾਲੇ ਵੀ ਜਗਪ੍ਰੀਤ ਹੁਣ ਜਗਪ੍ਰੀਤ ਵੇਟ ਕਰੀ ਜਾਂਦਾ ਕਿ ਬਾਈ ਕਦੋਂ ਮੇਰੇ ਵੱਲ ਕੈਮਰਾ ਕਰੂ ਤੇ ਕਦੋਂ ਮੈਂ ਆਪਣੇ ਕੋਟ ਵਾਲੇ ਆੜੀਆਂ ਨੂੰ ਫਤਿਹ ਬੁਲਾਊ ਤੇ ਲਾਈਵ ਹੋਇਆ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਕਹਿਣ ਲਈ ਸਭ ਤੋਂ ਪਹਿਲਾਂ ਤਾਂ ਜੀ ਗਾਲ ਨਹੀਂ ਕੱਢਣੀ ਟੂਰਮੇਰ ਹੁਣੇ ਮੈਲਬਨ ਸ਼ੋ ਲਾ ਕੇ ਹਟਿਆ ਜੀ ਤੇ ਮੇਰਾ ਮੈਂ ਸੱਚੀ ਬੜਾ ਇਮੋਸ਼ਨਲ ਹੋਇਆ ਹੋਇਆ ਸੀਗਾ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਸੀਗਾ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਗਾਲ ਨਹੀਂ ਕੱਢਣੀ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਜੀ ਗਾਲ ਨਹੀਂ ਕੱਢਣੀ ਬਹੁਤ ਰੇਅਰ ਗਾਣੇ ਹੁੰਦੇ ਨੇ ਜੋ ਪੈਨ ਇੰਡੀਆ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਮੇਰਾ ਗਾਣਾ ਸੀਗਾ ਪਰ ਇੰਡੀਆ ਟ੍ਰੈਂਡਿੰਗ ਦੇ ਵਿੱਚ 4 ਦਿਨ ਰਿਹਾ ਦੋ ਨੰਬਰ 'ਤੇ ਰਿਹਾ ਜਦੋਂ ਸਲਮਾਨ ਖਾਨ ਜੀ ਦਾ ਐਡੇ ਵੱਡੇ ਸੁਪਰ ਸਟਾਰ ਬੰਦੇ ਉਹਨਾਂ ਦੀ ਫਿਲਮ ਦਾ ਟ੍ਰੇਲਰ ਆਇਆ ਹੋਇਆ ਸੀ ਜੀ ਸੋ ਉਹਨਾਂ ਦਾ 1 ਨੰਬਰ ਥਾਂ ਘੇਰੀ ਹੋਈ ਸੀ ਅਤੇ ਟ੍ਰੈਂਡਿੰਗ 'ਚ ਨੰਬਰ 2 'ਤੇ ਗਾਲ ਨਹੀਂ ਕੱਢਣੀ ਰਿਹਾ ਬਹੁਤ ਵਧੀਆ ਟ੍ਰੈਂਡਿੰਗ ਰਿਹਾ ਰਿਸਪੋਂਸ ਮਿਲਿਆ ਜੀ ਗਾਣੇ ਨੂੰ ਅਤੇ ਉਦੋਂ ਬਾਅਦ ਆਲਮੋਸਟ 4 ਦਿਨ ਇੰਡੀਆ ਪੈਨ ਇੰਡੀਆ ਟ੍ਰੈਂਡਿੰਗ 'ਚ ਰਿਹਾ 40,000 ਕਮੈਂਟ ਜੋ ਕਿ ਬਹੁਤ ਵੱਡੀ ਸਕਸੈਸ ਨੇ ਜੀ ਅਤੇ ਸਾਰੇ ਔਰਗੈਨਿਕ ਵਧੀਆ ਵਿਊ ਸੀਗੇ ਜੀ ਅਤੇ ਬੜਾ ਤੁਸੀਂ ਪਿਆਰ ਦਿੱਤਾ ਅਤੇ ਮੇਰੇ ਲਈ ਬੜੀ ਵੱਡੀ ਅਚੀਵਮੈਂਟ ਆ ਕਿਉਂਕਿ ਧੱਕੇ ਨਾਲ ਲਗਾਇਆ ਕੀਤੀ ਯਾਰ ਵੀ ਕੀ ਗੱਲ ਤੋਂ ਸੀਰੀਅਸ ਹੋ ਗਏ ਲਿਖ ਦਿੱਤਾ ਹੁਣੇ ਦਿਲ ਤੋਂ ਗੋਲਡੀ ਦੇ ਸੱਤੇ ਕੋਲੋਂ ਮਿਊਜ਼ਿਕ ਬਣਾ ਲਿਆ ਥੈਂਕ ਯੂ ਗੋਲਡੀ ਜਿੱਥੋਂ ਤੱਕ ਆਉਂਦਾ ਸੀਗਾ ਥੋੜ੍ਹਾ ਬਹੁਤਾ ਗਾ ਲਿਆ ਅਤੇ ਉਦੋਂ ਬਾਅਦ ਜੀ ਅੱਜ ਗਾਣਾ ਜੀ ਕਿਊਟ ਮੁੰਡਾ ਸਾਡੇ ਵੱਡੇ ਭਰਾ ਸ਼ਹਿਰੀ ਮਾਨ ਵੀਰੇ ਦਾ ਅਤੇ ਵੱਡਾ ਭਰਾ ਮੈਂ ਮਾਣ ਨਾਲ ਕਹੀ ਜਾਂਦਾ ਵੈਸੇ ਹਾਂ ਮੈਂ ਬਾਈ ਦਾ ਫੈਨ ਹੀ ਅਤੇ ਸ਼ਹਿਰੀ ਵੀਰੇ ਦਾ ਗਾਣਾ ਕਿਊਟ ਮੁੰਡਾ ਜਿਹਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਜੀ ਬਹੁਤ ਜ਼ਿਆਦਾ ਵਧੀਆ ਸ਼ੇਅਰਿੰਗ ਹੋ ਰਹੀ ਹੈ ਉਹਦੇ ਵਿਊਜ਼ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਸੋ ਮੈਂ ਨਹੀਂ ਪਤਾ ਹਾਲੇ 24 ਘੰਟੇ 'ਚ ਕਿੰਨੇ ਵਿਊ ਹੋਣਗੇ ਪਰ ਉਹ ਵੀ ਬੜਾ ਸੋਹਣਾ ਗਾਣੇ ਨੂੰ ਰਿਸਪੋਂਸ ਮਿਲਿਆ ਜੀ 1.2 ਮਿਲੀਅਨ ਕਿੰਨੀ ਇੰਡੀਆ ਟਾਈਮ ਕੀ ਹੋ ਗਿਆ ਇੰਡੀਆ ਹੋ ਗਿਆ 8:40 10 ਘੰਟੇ ਹੋਏ ਨੇ 10 ਘੰਟੇ ਹੋਏ ਆ ਓਹੋ 10 ਘੰਟਿਆਂ 'ਚ 1.2 ਮਿਲੀਅਨ ਪੈਂਦੀ ਆ ਫਿਰ ਤੱਕ ਚੈਂਪੀਅਨ ਤੇ ਆਪਣਾ ਆਪਣੇ ਉਸਤਾਦ ਜੀ ਬੱਬੂ ਮਾਨ ਸਾਹਿਬ ਨੂੰ ਬਾਵਾ ਮਿਊਜ਼ਿਕ ਅਵਾਰਡਸ ਉਹਨਾਂ ਦੀ ਵੀਡੀਓ ਦੇਖੀ ਜੀ ਮੈਂ ਦੇਖ ਕੇ ਬਹੁਤ ਮਾਣ ਮਹਿਸੂਸ ਹੋਇਆ ਸੋ ਉਹ ਵੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਜੀ ਅਤੇ ਇੱਥੇ ਵੀਰੇ ਨੇ ਕਮੈਂਟ ਕੀਤਾ ਮੈਂ ਦੇਖ ਕੇ ਯਾਦ ਆ ਗਿਆ ਅੱਜ ਹੀ ਜੱਸੀ ਚਹਿਲ ਨਾਲ ਮੈਂ ਬੈਠਾ ਜੱਸੀ ਚਹਿਲ ਨੇ ਮੈਨੂੰ ਵੀਡੀਓ ਦਿਖਾਈ ਲਿਮੋਜ਼ੀਨ 'ਚ ਉੱਤਰ ਰਹੇ ਨੇ ਉਸਤਾਦ ਜੀ ਬੜੀ ਤੱਕ ਪੈ ਰਹੀ ਹੈ ਅਤੇ ਆਪਣਾ ਕੀ ਕਹਿੰਦੇ ਨੇ ਜੱਸੀ ਚਹਿਲ ਨੂੰ ਵੀ ਮਿਲਿਆ ਅੱਜ ਮੈਂ ਭਰਾ ਨੂੰ ਬੜੀ ਦੇਰ ਬਾਅਦ ਆਪਣਾ ਕੀ ਕਹਿੰਦੇ ਨੇ ਆਸਟ੍ਰੇਲੀਆ ਦਾ ਮੇਰਾ ਵੀਰ ਵਧੀਆ ਕੰਮ ਕਰ ਰਿਹਾ ਸੀਗਾ ਅੱਜ ਤੇ ਹੁਣ ਉਬਰ ਚਲਾਉਂਦਾ ਹੁਣ ਕੰਮ ਕਰ ਤੋਂ ਛੁੱਟੀ ਲੈ ਕੇ ਘੰਟਾ ਡੇਢ ਮੈਨੂੰ ਮਿਲਿਆ ਰਿਹਾ ਵਧੀਆ ਗੱਲਾਂ ਬਾਤਾਂ ਮਾਰੀਆਂ ਵੱਧ ਹੀ ਘੰਟੇ ਡੇਢ ਤੋਂ ਸਾਡੀ ਫਲਾਈਟ ਸੀਗੀ 2 ਵਜੇ ਸੀ ਪੁੱਲਰ 2 ਵਜੇ ਫਲਾਈਟ ਸੀ 4:30 ਤੁਰਿਆ ਹਾਂ 3:30 ਤੁਰਿਆ ਸੋ ਵਧੀਆ 3-4 ਘੰਟੇ ਉਹਨਾਂ ਨੇ ਬੈਠਾ ਰਿਹਾ ਅਤੇ ਦਾੜੀ ਫੋੜੋ ਘਰੇ ਪਰਮੀਸ਼ ਤੇ ਥੋੜ੍ਹਾ ਉੱਚਾ ਬੋਲੋ ਉੱਚਾ ਇਸ ਕਰਕੇ ਨਹੀਂ ਬੋਲ ਸਕਦਾ ਜੀ ਛੁੜੇ ਸ਼ੋਅ ਲਾ ਕੇ ਹਟਿਆ ਅਤੇ ਵੈਸੇ ਮੈਂ ਲਾਈਵ ਨਹੀਂ ਸੀ ਗਾ ਰਿਹਾ ਪਰ ਮੈਂ ਫਿਰ ਵੀ ਗਾ ਰਿਹਾ ਸੀਗਾ ਆਪਣੇ ਡੀਜੇ ਦੇ ਨਾਲ ਵੀ ਮੈਲਬਨ ਦਾ ਸ਼ੋਅ ਜੀ ਬਹੁਤ ਵਧੀਆ ਰਿਹਾ ਪਹਿਲਾਂ ਲਾਸਟ ਵੀਕ ਸਿਡਨੀ ਦਾ ਸੀ ਸਿਡਨੀ ਦਾ ਸ਼ੋਅ ਅਮੇਜ਼ਿੰਗ ਕਰਾਊਡ ਆਪਣਾ ਘਰ ਹੋਣ ਕਰਕੇ ਸਿਡਨੀ ਜਿੱਥੇ ਇੰਨੇ ਸਾਲ ਰਹੇ ਉਹ ਤਾਂ ਮੇਰੇ ਲਈ ਬੜਾ ਇਮੋਸ਼ਨਲ ਐਕਸਪੀਰੀਅੰਸ ਸੀਗਾ ਕਿਉਂਕਿ ਉੱਥੇ ਹੀ ਉਹ ਸ਼ੋਅ ਉੱਥੇ ਜਾ ਕੇ ਪਰਫੋਰਮ ਕਰਨਾ ਜਿਹੜੀ ਥਾਂ ਦੇ ਉੱਤੇ ਕੀ ਕਹਿੰਦੇ ਨੇ ਆਪਣਾ ਤੁਸੀਂ ਇੰਨੇ ਸਾਲ ਕੱਟੇ ਹੁੰਦੇ ਨੇ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਵੀ ਸੀ ਯਾਰ ਮੈਂ ਇਮੋਸ਼ਨਲ ਵੀ ਸੀਗਾ ਬਹੁਤ ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਉਹਨਾਂ ਅੱਖਾਂ 'ਚ ਹੰਝੂ ਸੀ ਮੇਰੇ ਪੂਰੇ ਪਰ ਜਦੋਂ ਮੈਂ ਚੜ੍ਹਿਆ ਤਾਂ ਮੈਨੂੰ ਇੰਨਾ ਵਧੀਆ ਲੱਗਿਆ ਉੱਥੇ ਕਈ ਮੁੰਡਿਆਂ ਨੂੰ ਮਿਲ ਕੇ ਜਿਹੜੇ ਨਵੇਂ ਸੀਗੇ ਅਤੇ ਪੁਰਾਣੇ ਵੀ ਬੜੇ ਯਾਰ ਦੋਸਤ ਆਏ ਹੋਏ ਸੀਗੇ ਅਤੇ ਬੜੇ ਪੁਰਾਣੇ ਯਾਰ ਦੋਸਤ ਸੀਗੇ ਪਤਾ ਨਹੀਂ ਉਹ ਨਹੀਂ ਵੀ ਆਏ ਅਤੇ ਪਰ ਬੜੇ ਪੁਰਾਣੇ ਦੋਸਤ ਇਹਨਾਂ ਨੂੰ ਮੈਂ ਮਿਲਿਆ ਵੀ ਬੜੇ ਸਾਲਾਂ ਬਾਅਦ ਮਿਲਿਆ ਅਤੇ ਜਸਪਾਲ ਨਾਲ ਮੈਂ ਕੰਮ ਕਰਦਾ ਉਹਦੀ ਬਾਜਵੇ ਨਾਲ ਜਿਹੜੇ ਬੰਦੇ ਤੁਸੀਂ ਸਨੈਪਚੈਟ 'ਤੇ ਮੇਰੇ ਨਾਲ ਹੁੰਦੇ ਤੁਸੀਂ ਦੇਖਿਆ ਹੀ ਹੋਊਗਾ ਅਤੇ ਸਾਰੇ ਪੁਰਾਣੇ ਦੋਸਤਾਂ ਨੂੰ ਮਿਲਿਆ ਅਤੇ ਅੱਜ ਮੈਲਬਨ ਦਾ ਸ਼ੋਅ ਸੀ ਜੀ ਮੈਲਬਨ ਦੇ ਸ਼ੋਅ 'ਚ ਇੰਨੀ ਜ਼ਿਆਦਾ ਰੌਣਕ ਲੱਗੀ
ਗਾਹ ਪੈ ਗਿਆ, ਇੰਨੇ ਰਿਸਪੈਕਟਫੁਲ, ਇੰਨੇ ਵਧੀਆ ਕਰਾਊਡ ਯਾਰ, ਸਾਰਿਆਂ ਨੇ ਇੰਜੋਏ ਕੀਤਾ, ਗਾਹ ਪਾਇਆ ਹੋਇਆ ਸੀਗਾ ਉੱਥੇ, ਫੁੱਲ ਅਸੀਂ ਇੰਜੋਏ ਕੀਤਾ, ਘੱਟੋ ਘੱਟ ਘੰਟਾ ਪਰਫੋਰਮ ਕੀਤਾ ਉੱਥੇ, ਮੈਂ ਵਧੀਆ ਨੱਚੇ, ਅਨਰਿਲੀਜ਼ਡ ਗਾਣੇ ਵੀ ਸੁਣਾਏ ਇੱਕ ਦੋ, ਉਹ ਵੀ ਉਹਨਾਂ ਨੂੰ ਬਹੁਤ ਵਧੀਆ ਲੱਗੇ, ਸਾਡੇ ਰੌਕੀ ਮੈਂਟਲ ਦੇ ਪ੍ਰੋਡਿਊਸਰ ਸਾਹਿਬ ਵੀ ਲਾਈਵ ਹੋ ਗਏ ਵਿਮਲ ਚੋਪੜਾ।